ਸਾਡੇ ਨਾਲ ਪਰਮਜੋਤ ਇਹਦੀ ਸਿਮਰਨਜੀਤ ਦੀ ਸਿਸਟਰ ਜੁੜੀ ਆ ਸੋ ਭੈਣ ਜੀ ਦਾ ਇਹ ਕਹਿਣਾ ਕਹਿੰਦੇ ਕਿ ਵਿਕਰਮ ਕਾਫੀ ਦਿਨਾਂ ਦਾ ਟਾਇਰਡ ਹੈ ਤੇ ਅਪਸੈਟ ਵੀ ਹੈ ਵਿਚਾਰਾ ਸੋ ਉਹ ਤੋਂ ਗੱਲ ਨਹੀਂ ਪ੍ਰੋਪਰ ਹੋ ਰਹੀ ਤੇ ਮੈਂ ਫਰਦਰ ਗੱਲ ਮੈਂ ਕਰੂੰ ਵਿਕਰਮ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਸਿਸਟਰ ਲਾਈਨ ਤੇ ਆ ਗਏ ਨੇ ਵਿਕਰਮ ਮੈਂ ਰਿਲੀਜ਼ ਕਰ ਰਿਹਾ ਤੁਹਾਡੀ ਲਾਈਨ ਨੂੰ ਹਾਂਜੀ ਇਹ ਕੀ ਨਾਮ ਮਿਲੇ ਲੜਕੀ ਦਾ ਭੈਣ ਜੀ ਔਨ ਏਅਰ ਹੋ ਜੀ ਗੱਲ ਕਰੋ ਕੀ ਨਾਮ ਕੀ ਲੈਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪਰਮਜੋਤ ਆ ਪਰਮਜੋਤ ਤੁਸੀਂ ਪਰਮਜੋਤ ਕੌਰ ਤੁਸੀਂ ਸਿਮਰਜੀਤ ਦੇ ਪਿਆਰੇ ਭੈਣ ਹੋ ਹਾਂਜੀ ਆ ਗਏ ਸੀ ਹਰਪ੍ਰੀਤ ਤੇ ਸਿਮਰ ਦੇ ਆਪਸ ਵਿੱਚ ਜਿਹੜਾ ਰਿਸ਼ਤਾ ਸੀਗਾ ਇਹ ਜੱਗ ਜਾਹਰ ਸੀ ਕਿ ਇਹਨਾਂ ਨੇ ਸ਼ਾਦੀ ਕਰਾਉਣੀ ਸੀ ਪਿਆਰ ਕਰਦੇ ਸੀ ਇੱਕ ਦੂਜੇ ਨੂੰ ਪਿਆਰ ਕਰਨਾ ਮਾੜੀ ਗੱਲ ਨਹੀਂ ਵਿਆਹ ਦੋ ਵਾਰੀ ਤੈਅ ਕੀਤਾ ਅਤੇ ਉਸ ਤੋਂ ਬਾਅਦ ਡੇਟ ਨੂੰ ਪੋਸਟਪੋਨ ਕੀਤਾ ਇਹ ਇੱਕ ਸੱਚ ਹੈ ਔਰ ਪਰਮਜੋਤ ਤੁਹਾਨੂੰ ਕਦੇ ਫੋਨ ਆਇਆ ਸੀ ਹਰਪ੍ਰੀਤ ਦਾ ਜਾਂ ਫਿਰ ਸਿਮਰਨ ਦਾ ਸਾਡੀ ਆਪਸ ਵਿੱਚ ਬਣਦੀ ਨਹੀਂ ਹੈ ਹਾਂਜੀ ਸਾਡੀ ਗਰੁੱਪ ਕਾਲ ਹੁੰਦੀ ਰਹਿੰਦੀ ਸੀਗੀ ਸਾਰੇ ਭੈਣ ਭਰਾਵਾਂ ਦੀ ਓਕੇ ਗਰੁੱਪ ਕਾਲ ਦੇ ਵਿੱਚ ਹਰਪ੍ਰੀਤ ਕੌਰ ਵੀ ਸ਼ਾਮਿਲ ਸਨ ਹਾਂਜੀ ਇੱਕ ਦੋ ਵਾਰੀ ਹੋਈ ਇਹਨਾਂ ਨਾਲ ਮੇਰੀ ਗੱਲ ਤੁਸੀਂ ਇੰਡੀਆ ਹੁੰਦੀ ਰਹਿੰਦੀ ਸੀਗੀ ਤੁਸੀਂ ਇੰਡੀਆ ਵਿੱਚ ਆਪ ਜੀ ਨਹੀਂ ਮੈਂ ਕੈਨੇਡਾ ਚ ਹਾਂ ਓ ਸਿਮਰ ਵੈਰੀ ਸੈਡ ਪਾਰਟ ਜ਼ਿੰਦਗੀ ਵਿੱਚ ਇੱਕ ਪਰਿਵਾਰ ਦੇ ਮੈਂਬਰ ਚੱਲ ਜਾਣਾ ਦੂਜੇ ਦੇ ਜੇਲ੍ਹ ਵਿੱਚ ਚੱਲ ਜਾਣਾ ਕਿੰਨਾ ਦੁੱਖ ਹੈ ਤੁਹਾਨੂੰ ਸਿਮਰ ਤੁਹਾਡੇ ਆਪਣੇ ਹਰਪ੍ਰੀਤ ਪਰਮਜੋਤ ਤੁਹਾਡੇ ਮੁਤਾਬਕ ਹੋਇਆ ਕਿਉਂ ਬੱਚੇ ਨੇ ਏਡੀ ਵੱਡੀ ਕਿਉਂ ਇੰਨੀਆਂ ਗਲਤੀ ਕਰਦੀ ਦੂਰ ਹੋ ਜਾਂਦੇ ਵੱਖਰੀ ਗੱਲ ਸੀ ਇੱਕ ਦੂਜੇ ਛੱਡ ਜਾਂਦੇ ਵੱਖਰੀ ਗੱਲ ਸੀ ਇਹ ਹੋਇਆ ਕਾਹਤੋਂ ਸਭ ਕੁਝ ਜੋ ਵੀ ਹੋਇਆ ਬੜਾ ਮਾੜਾ ਹੋਇਆ ਹਾਂਜੀ ਇਹ ਤਾਂ ਹੁਣ ਸਾਨੂੰ ਪਤਾ ਨਾ ਕੀ ਸਾਡੇ ਨਾਲ ਬੀਤੀ ਆ ਕਿੱਦਾਂ ਹੋਇਆ ਅੱਛਾ ਮੈਂ ਕਹਿਣਾ ਚਾਹੁੰਦੀ ਹਾਂ ਕਿ 2 ਮਹੀਨੇ ਤੋਂ ਬਹੁਤ ਜ਼ਿਆਦਾ ਡੀਪ ਡਿਪਰੈਸ਼ਨ 'ਚ ਸੀਗਾ ਸਿਮਰਜੀਤ ਹਾਂਜੀ ਸਿਮਰਜੀਤ ਓਕੇ 2 ਮਹੀਨੇ ਤੋਂ ਬਹੁਤ ਜ਼ਿਆਦਾ ਡੀਪ ਡਿਪਰੈਸ਼ਨ 'ਚ ਸੀਗਾ ਡਿਪਰੈਸ਼ਨ ਦੇ ਚੱਲਦਿਆਂ ਉਹਨੂੰ ਹਾਰਟ ਪੇਸ਼ੈਂਟ ਵੀ ਬਣ ਗਿਆ ਉਹ ਮਤਲਬ ਇੰਨੀਆਂ ਬਿਮਾਰੀਆਂ ਨੂੰ ਚਿੰਬੜ ਗਈਆਂ ਹਾਂਜੀ ਜਿਹੜੇ ਬੰਦੇ ਨੇ ਆਪਣਾ ਟਾਈਮ ਸਪੈਂਡ ਕੀਤਾ ਹੋਵੇ ਇੰਡੀਆ ਤੋਂ ਕੱਪੜਾ ਦੀੜਾ ਜੋ ਵੀ ਸਾਡੇ ਫਰਜ਼ ਹੁੰਦੇ ਆ ਅਸੀਂ ਸਾਰੇ ਕਰਦੇ ਰਹੇ ਆ ਉਹਦੇ ਨਾਲ ਅਸੀਂ ਉਹਨੂੰ ਆਪਣੀ ਇੱਕ ਫੈਮਿਲੀ ਮੈਂਬਰ ਮੰਨਦੇ ਸੀ ਸਾਨੂੰ ਵੀ ਉਹਦੀ ਮੌਤ ਦਾ ਦੁੱਖ ਆ ਵਿਸ਼ਾਲ ਜੀ ਤੁਹਾਡਾ ਕੀ ਸਵਾਲ ਕੀ ਬੋਲੋ ਜੋਤੀ ਜੀ ਬੋਲੋ ਜੀ ਹਾਂਜੀ ਬਾਸੀ ਸਾਹਿਬ ਮੈਂ ਇਹ ਪਤਾ ਕਿੱਦਾਂ ਮੈਂ ਕੁੜੀ ਦੇ ਭਰਾ ਨੂੰ ਤੇ ਕੁੜੀ ਦੀ ਸਾਰੀ ਫੈਮਿਲੀ ਨੂੰ ਵਧਾਈ ਦੇਣਾ ਚਾਹੁੰਦਾ ਜੀ ਹਾਂਜੀ ਮੈਂ ਕੁੜੀ ਦੇ ਭਰਾ ਨੂੰ ਤੇ ਕੁੜੀ ਦੇ ਸਾਰੀ ਫੈਮਿਲੀ ਨੂੰ ਵਧਾਈ ਦੇਣਾ ਚਾਹੁੰਦਾ ਤੁਸੀਂ ਮੌਤ ਤੇ ਵਧਾਈ ਦੇ ਰਹੇ ਹੋ ਨਹੀਂ 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 ਉਹ ਵਧਾਈ ਇਸ ਕਰਕੇ ਦੇ ਰਿਹਾ ਇਹ ਆਪਣਾ ਪੰਜਾਬੀਆਂ ਦੀ ਗੈਰਤ ਮਾਰ ਚੁੱਕੀ ਹੈ ਬਾਸੀ ਸਾਹਿਬ ਮੈਂ ਤੁਹਾਨੂੰ ਹੁਣ ਮੈਂ ਤੁਹਾਡੇ ਕੋਲੋਂ ਹੁਣ 1.5 ਮਿੰਟ ਲੈਣਾ ਮੈਨੂੰ 20 ਮਿੰਟ ਹੋ ਗਏ ਨੇ ਹੋਲਡ ਕੀਤੇ ਨੂੰ ਬਾਸੀ ਸਾਹਿਬ ਇਹ ਤਾਂ ਮੁੰਡਾ ਚੰਗਾ ਰਿਹਾ ਇਹ ਜੇਲ੍ਹ ਚੱਲ ਗਿਆ ਮੈਂ ਤੁਹਾਨੂੰ ਦੱਸਾਂ ਵੀ ਸਾਡੇ ਆਪਣਾ ਜ਼ਿਲ੍ਹੇ ਦੀ ਗੱਲ ਸਾਡੇ ਪਿੰਡ ਦੀ ਗੱਲ ਸਾਡੇ ਗੁਆਂਢ ਦੀ ਗੱਲ 300 ਬੰਦਾ ਬਰਾਤ ਲੈ ਕੇ ਪਿਓ ਗਿਆ ਵਿਆਹਣ ਵਾਸਤੇ ਮੁੰਡਾ ਸਿਟੀਜਨ ਸੀ ਅਮਰੀਕਾ 300 ਬੰਦਾ ਬਰਾਤ ਲੈ ਕੇ ਗਿਆ ਉੱਥੇ ਵਿਆਹਣ ਵਾਸਤੇ ਤੇ ਕੁੜੀ ਦੀ ਯਾਰੀ ਲੱਗੀ ਸੀ ਅਮਰੀਕਾ ਕਿਸੇ ਹੋਰ ਪਾਸੇ ਉਹ ਜਦੋਂ ਅਮਰੀਕਾ ਪੱਕੀ ਹੋ ਕੇ ਗਈ ਹੈ ਉਹ ਬੰਦਾ ਡਿੱਗਣ ਡਿਆ ਦੂਜੇ ਗੇਟ ਤੇ ਉਹ ਤੋਂ ਯਾਰ ਨਾਲ ਲੰਘ ਗਈ ਦੂਜੇ ਗੇਟ ਦੇ ਉਹਨਾਂ ਨੇ ਦੁਬਾਰਾ ਫਿਰ ਵਿਆਹ ਆਪਣਾ ਜੰਮੂ ਕੀਤਾ ਜਿਹਦਾ ਨਾ ਕੋਈ ਕੁੜੀ ਦਾ ਮਾਂ ਹੋਵੇ ਨਾ ਪਿਓ ਹੋਵੇ ਇਹ ਮੈਂ ਕਹਿੰਦਾ ਵਾ ਜੀ ਬਾਸੀ ਸਾਹਿਬ ਇਹ ਦੋਨੇ ਇਹ ਆਪਣਾ ਜਿਹੜੀ ਕੁੜੀ ਵਾਲੀ ਫੈਮਿਲੀ ਹੈ ਪੰਜਾਬੀ ਨੇ ਜੀ ਤੁਹਾਡੇ ਸਾਹਮਣੇ ਪੰਜਾਬੀ ਹੈ ਨਾ ਕਮਾਲ ਦੀ ਗੱਲ ਹੈ ਨੰਬਰ 3 ਕਾਲਰ ਪਲੀਜ਼ ਬ੍ਰੈਂਪਟਨ ਦੇ ਵਿੱਚ ਇੱਕ ਟਾਰਗੇਟ ਸ਼ੂਟਿੰਗ ਹੋਈ ਹੈ ਜੀ ਉਹਦੇ ਬਾਰੇ ਬਹੁਤ ਜਲਦੀ ਅਪਡੇਟ ਦੇ ਦੇ ਦੇਖੋ ਦੋਨੇ ਘਰ ਤਾਂ ਉੱਜੜ ਗਏ ਆ ਸਿੱਧੀ ਗੱਲ ਪਹਿਲੀ ਤਾਂ ਗੱਲ ਇਹ ਨੇ ਮੁੰਡੇ ਦਾ ਮੈਂਟਲ ਇਲਨੈਸ ਕਰਕੇ ਚਲੋ 5-6 ਸਾਲ ਦੀ ਸਜ਼ਾ ਹੋ ਜੂ ਉਹਨੂੰ ਜ਼ਿਆਦਾ ਸਜ਼ਾ ਨਹੀਂ ਹੋਊ ਸੇਮ ਮੇਰੀ ਵੀ ਇਹੀ ਸਟੋਰੀ ਆ ਮੈਂ ਕੁੜੀ ਨੂੰ ਇੱਦਾਂ ਹੀ ਪਿਆਰ ਕਰਦਾ ਸੀ ਮੈਨੂੰ ਵੀ ਇੱਦਾਂ ਹੀ ਬਾਈਪੋਲਰ ਦਾ ਡਿਪਰੈਸ਼ਨ ਹੋ ਗਿਆ ਤੇ ਲਿਵਰ ਫੇਲ ਹੋ ਗਿਆ ਪਰ ਮੈਂ ਕੁੜੀ ਨੂੰ ਮਾਰਿਆ ਨਹੀਂ ਮੈਂ ਪਿੱਛੇ ਹਟ ਗਿਆ ਇਸ ਕਰਕੇ ਜਦੋਂ ਪਿਆਰ ਅੰਨਾ ਹੋ ਜਾਂਦਾ ਵਾ ਤੇ ਬੰਦਾ ਉਹ ਬੰਦੇ ਨੂੰ ਪਤਾ ਨਹੀਂ ਲੱਗਦਾ ਤੇ ਪਿਆਰ 'ਚ ਗਲਤੀ ਹੋ ਜਾਂਦੀ ਆ ਪਰ ਦੋ ਹੀ ਘਰ ਪੱਟੇ ਗਏ ਨੇ ਤੇ ਮੁੰਡਾ ਨੂੰ ਸਜ਼ਾ ਹੋਊਗੀ ਜ਼ਰੂਰ ਪਰ ਘੱਟ ਹੋਊਗੀ ਮੁੰਡਾ ਬਾਹਰ ਆ ਜੂਗਾ ਇਹ ਜ਼ਰੂਰ ਹੋ ਜੂ ਪਰ ਕੁੜੀ ਨੂੰ ਚਲੋ ਹੁਣ ਚਲੀ ਗਈ ਅਗਲੀ ਕਾਲ ਪਲੀਜ਼ ਪਬਲਿਕ ਵੀ ਤੁਸੀਂ ਵੀ ਸਵਾਲ ਕਰ ਸਕਦੇ ਹੋ ਹੋਲਡ ਰੱਖੋ ਜੀ ਨੰਬਰ 2 ਕਾਲਰ ਹੈਲੋ
ਹੋਲਡ ਰੱਖੋ, ਕਾਲਰ ਹੋਲਡ ਰੱਖੋ, ਆਪਣੀ ਵਿਕਰਮ ਹੋਲਡ ਰੱਖੋ। ਹਾਂਜੀ ਨੰਬਰ 2 ਕਾਲਰ, ਠੀਕ ਹੈ ਜੀ। ਹੈਲੋ, ਹਾਂਜੀ ਬੋਲੋ ਜੀ, ਬੋਲੋ ਨੰਬਰ 2 ਜੀ। ਹਾਂਜੀ ਬਾਸੀ, ਸਤਿ ਸ਼੍ਰੀ ਅਕਾਲ ਜੀ। ਜੀ ਭਾਈ, ਬਹੁਤ ਮਾੜਾ ਹੋਇਆ ਜੀ। ਹਾਂਜੀ ਅਗਲੀ ਕਾਲ, ਅਸੀਂ ਵਿਕਰਮ ਕੀ ਕਹਿਣਾ ਚਾਹੁੰਦੇ ਹੋ? ਮੈਂ ਸਰ ਇੱਕ ਸਵਾਲ ਪੁੱਛਣਾ ਚਾਹੂੰਗਾ ਜਗਪਾਲ ਸਿੰਘ ਨੂੰ ਜੀ। ਦਰਅਸਲ ਥੋੜਾ ਚਿਰ ਪਹਿਲਾਂ ਗੱਲ ਹੋਈ ਸੀਗੀ ਕਿ ਸਿਮਰਨਜੀਤ ਸਿੰਘ ਨੂੰ ਹਾਰਟ ਅਟੈਕ ਆਇਆ ਸੀਗਾ। ਉਹਨੂੰ ਹਾਰਟ ਅਟੈਕ ਆਇਆ ਸੀਗਾ 18 ਜੁਲਾਈ ਨੂੰ, ਠੀਕ ਹੈ ਜੀ। ਵਿਕਰਮ ਜਲਦੀ ਕਰੋ, ਟਾਈਮ ਨਹੀਂ ਇੰਨਾ, ਤੁਸੀਂ ਬੱਚਿਆਂ ਵਾਂਗ ਹੰਗਾਰਾ ਮੈਂ ਤੁਹਾਨੂੰ ਦੱਸਦਾ। ਸਿਮਰਨਜੀਤ ਸਿੰਘ ਨੂੰ 18 ਜੁਲਾਈ ਨੂੰ ਹਾਰਟ ਅਟੈਕ ਆਇਆ ਸੀਗਾ। ਓਕੇ, ਅਸੀਂ 5 ਲੱਖ ਰੁਪਇਆ ਇਹਨਾਂ ਦੇ ਹਰਪ੍ਰੀਤ ਕੌਰ ਸਰਾਂ ਦੇ ਅਕਾਊਂਟ 'ਚ ਪਾਇਆ ਸੀਗਾ 27 ਜੁਲਾਈ ਨੂੰ। ਜਦੋਂ ਇਹ ਗੱਲ ਮੈਂ ਇਹਨਾਂ ਨੂੰ ਪੁੱਛੀ ਆ ਤੇ ਇਹ ਕਹਿੰਦੇ ਆ ਜੀ ਸਿਮਰਨਜੀਤ ਸਿੰਘ ਨੂੰ ਹਾਰਟ ਅਟੈਕ ਆਇਆ ਸੀ, ਅਸੀਂ ਉਹਦੇ ਤੇ ਲਾਏ ਆ। ਜੇ ਇਹਨਾਂ ਨੂੰ ਇਹ ਪੁੱਛੋ ਜੇ ਸਿਮਰਨਜੀਤ ਸਿੰਘ ਨੂੰ ਦੇਣੇ ਸੀਗੇ, ਅਸੀਂ ਤਾਂ ਸਿੱਧੇ ਕਿਉਂ ਨਹੀਂ ਦੇ ਸਕਦੇ? ਕੁੜੀ ਤਾਂ ਸਾਡੇ ਨਾਲ ਕੰਟੈਕਟ ਹੀ ਨਹੀਂ ਕਰਦੀ ਸਰ। ਇੰਨਾ ਮਤਲਬ ਇਹਦਾ ਇਹ ਕਿੰਨਾ ਮਤਲਬ ਅਡਜਸਟ ਕਰਕੇ ਜੁਲਾਈ ਨੂੰ ਹਾਰਟ ਅਟੈਕ ਹੁੰਦਾ ਵਾ, 27 ਜੁਲਾਈ ਨੂੰ 5 ਲੱਖ ਰੁਪਇਆ ਹੁਣ 27 ਜੁਲਾਈ ਨੂੰ ਕੋਨੇ ਪਏ। ਫੇਕ ਪਾਸਪੋਰਟ, ਫੇਕ ਡਾਕੂਮੈਂਟ ਬਣਾਉਣੇ, ਉੱਥੇ 2 ਨੰਬਰ ਕਮਾਈ ਉਹ ਸਾਡੇ ਚਾਹੁੰਦੀ ਸੀ, ਉਹ ਕੈਸ਼ ਰਾਹੀਂ ਲੈ ਤੁਹਾਨੂੰ ਜੀ। ਹੁਣ 2 ਨੰਬਰ ਬਣਾ ਦੋ ਨਾ ਵੀਰ, ਮਤਲਬ ਹੁਣ ਜਦੋਂ ਤੁਹਾਡੇ ਤੇ ਆ ਗਈ ਗੱਲ ਸਾਰੀ, ਹੁਣ ਤੁਸੀਂ ਝੂਠੇ ਸਾਬਤ ਹੋ ਗਏ ਆ, ਤੇ ਹੁਣ ਤੁਸੀਂ 2 ਨੰਬਰ ਤੇ ਆ ਜਾਓ। ਹਾਂ ਝੂਠੇ ਨਹੀਂ ਸਾਬਤ ਹੋਏ ਅਸੀਂ, ਸਾਨੂੰ ਪਤਾ ਸਾਡੀ ਕੁੜੀ ਕਹਿ ਰਹੀ ਸੀ ਇਹ ਗੱਲ। ਅਡਜਸਟ ਕਰੋ ਨਾ ਵੀ 18 ਜੁਲਾਈ ਨੂੰ ਉਹਨੂੰ ਹਾਰਟ ਅਟੈਕ ਆਉਂਦਾ ਵਾ, 27 ਜੁਲਾਈ ਨੂੰ ਤੁਸੀਂ ਤੁਹਾਨੂੰ ਅਸੀਂ 5 ਲੱਖ ਰੁਪਇਆ ਪਾਉਂਦੇ ਆ, ਠੀਕ ਆ। ਉਦਾਂ ਤੁਸੀਂ ਕਹਿੰਦੇ ਹੋ ਕਿ ਹਾਰਟ ਅਟੈਕ ਆਇਆ ਸੀਗਾ, ਉੱਤੇ ਪੈਸੇ ਲਾਏ ਆ ਜੀ ਨਵ ਨੇ। ਉਹ ਵੀਰ ਮੇਰੇ ਆ, ਕੋਈ ਨਾ ਸਾਰੇ ਪ੍ਰੂਫ ਸਾਹਮਣੇ ਲਿਆਉਂਗਾ ਮੈਂ, ਸਾਰੇ ਪ੍ਰੂਫ ਆ ਜਾਣਗੇ, ਕੋਈ ਨਾ ਇਕੱਠੇ ਹੋ ਰਹੇ ਸਾਹਮਣੇ ਲਿਆਤੇ ਆ ਉਹਦਾ ਜਵਾਬ ਰੱਖਣਾਗੇ। ਕਿਸੇ ਦਿਨ ਮਿਲ ਕੇ ਗੱਲ ਕਰ ਲਓ ਵੀਰੇ, ਸਾਰਾ ਮੀਡੀਆ ਸੱਦ ਲੈਂਦੇ ਆਪਾਂ, ਹਨਾ, ਫੇਰ ਹੀ ਗੱਲ ਬਣਦੀ ਹੈ ਵੀਰੇ। ਆ ਮੀਡੀਆ ਯਾ, ਇਹਨੂੰ ਹੋਰ ਕੀ ਕਹਿੰਦੇ ਆ? ਇੱਥੇ ਮੀਡੀਆ, ਮੀਡੀਆ ਤਾਂ ਹੈਗਾ ਇੱਥੇ ਪ੍ਰੂਫ ਨਹੀਂ ਹੈਗਾ। ਹੁਣ ਭੈਣ ਦਾ ਸੰਸਕਾਰ ਤੇ ਕਰ ਲਾ, ਮੀਡੀਆ ਵੀ ਸਾਡੀ, ਇਹ ਵੀ ਮੀਡੀਆ ਭਰਾਵਾ, ਇਹ ਵੀ ਮੀਡੀਆ ਹੀ ਆ। ਸਾਰੇ ਲੋਕੀ ਮੀਡੀਆ ਉਹਨੂੰ ਹੀ ਕਹਿੰਦੇ ਆ ਜਿੱਥੇ ਸਾਰੇ ਲੋਕੀ ਗੱਲ ਸੁਣਦੇ ਆ, ਇਹਨੂੰ ਮੀਡੀਆ ਹੀ ਕਹਿੰਦੇ ਆ। ਪਰ ਤੁਹਾਨੂੰ ਨਹੀਂ ਲੱਗਦਾ ਮਤਲਬ ਕਿ ਵੀ ਜੇ ਤੁਹਾਡੇ ਕੋਲ ਕੋਈ ਉਹੋ ਜਿਹੇ ਪ੍ਰੂਫ ਹੈਗੇ ਜਾਂ ਕੋਈ ਗੱਲ ਹੈ, ਤੁਸੀਂ ਮਤਲਬ ਕਿ ਕੋਈ ਤੁਹਾਡਾ ਜਿਹੜਾ ਜ਼ਿੰਮੇਵਾਰ ਬੰਦਾ ਉੱਥੇ ਉਹ ਪੁਲਿਸ ਦੀ ਹੈਲਪ ਕਰਿਓ ਕੇਸ ਦੇ ਵਿੱਚ? ਤੁਸੀਂ ਦੋਨੇ ਧਿਰਾਂ ਹੀ ਮੈਨੂੰ ਐਂ ਲੱਗਦਾ ਹੁਣ ਫਰਦਰ ਆਪਦਾ ਵੈਰ ਪਾਓਗੇ, ਕਿਉਂਕਿ ਦੋਨੇ ਧਿਰਾਂ ਤੁਸੀਂ ਪੰਜਾਬ 'ਚ ਰਹਿੰਦੇ ਹੋ ਅਤੇ ਤੁਸੀਂ ਕੋਈ ਬੜਾਂਗਾ ਕਰ ਲੈਣਾ ਇੱਕ ਦੂਜੇ ਦਾ ਨਾ, ਤੁਸੀਂ ਤੁਹਾਨੂੰ ਦੋਨਾਂ ਨੂੰ ਮਤਲਬ। ਹਾਂਜੀ ਲੜਾਈ ਝਗੜਾ ਕਰੋ, ਕੋਈ ਵਿਰੋਧ ਕਰੋ ਜਾਂ ਤੁਸੀਂ ਇਹਨੂੰ ਅੱਗੇ ਵਧਾਓ। ਅਸੀਂ ਚਾਹੁੰਦੇ ਕਿ ਦੁੱਖ ਦੇ ਵਿੱਚ ਤੁਹਾਨੂੰ ਦੋਨਾਂ ਧਿਰਾਂ ਨੂੰ ਦੁੱਖ ਹੈ, ਅਸੀਂ ਅੰਡਰਸਟੈਂਡ ਕਰਦੇ ਹਾਂ, ਪਰ ਸਾਡਾ ਮਕਸਦ ਇਹ ਹੈ ਲੋਕਾਂ ਨੂੰ ਦੱਸਣ ਦਾ ਕਿ ਅੱਜ ਕੱਲ੍ਹ ਦੇ ਲੜਕੇ ਲੜਕੀਆਂ ਦੇ ਪਿਆਰ ਜਿਹੜੇ ਆ ਇਹ ਜਿਹੜੇ ਆ ਇਹ ਆਮ ਵਿਕਦੇ ਆ, ਇਹ ਵਿਕਣ ਵਾਲੀ ਗੱਲ ਆ ਪਿਆਰਾਂ ਦੀ, ਕਿਉਂਕਿ ਇਹ ਬੜਾ ਸੀਰੀਅਸ ਇਸ਼ੂ ਹੈ। ਔਰ ਇੱਕ ਪਰਿਵਾਰ ਦੇ ਮੈਂਬਰ ਚੱਲ ਜਾਣਾ, ਦੂਜੇ ਪਰਿਵਾਰ ਦੇ ਜ਼ਿੰਦਗੀ ਦਾ ਕੁਝ ਵੀ ਬਚਣਾ ਨਾ, ਇਹ ਨਿਆਣਿਆਂ ਦੀ ਗਲਤੀ ਉੱਤੇ ਵੀ ਹੋਈ ਹੈ। ਜਦੋਂ ਆਲਰੇਡੀ ਇੱਕ ਵਾਰ ਮਲੇਸ਼ੀਆ ਵਿੱਚ ਮੁੰਡੇ ਨੂੰ ਵੇਖਿਆ ਉਹਨੇ, ਤਾਂ ਦੁਬਾਰਾ ਉਹਨੇ ਉਹਨੂੰ ਉਹਦੇ ਨਾਲ ਫਿਰ ਰਿਲੇਸ਼ਨ ਰੱਖਣੇ ਨਹੀਂ ਚਾਹੀਦੇ ਸੀ, ਉਹਨੇ ਫਿਰ ਰਿਲੇਸ਼ਨ ਬਣਾ ਲਿਆ, ਉਹਨੇ ਫਿਰ ਪੈਸਾ ਮੰਗਾ ਕੇ ਹੈਲਪ ਲੈ ਕੇ ਫਿਰ ਕੁੜੀ ਨੂੰ ਭੇਜ ਦਿੱਤਾ, ਕੁੜੀ ਫਿਰ ਨਹੀਂ ਰਹੀ, ਕੁੜੀ ਹੋਰ ਮੁੰਡੇ ਕੋਲ ਚਲੇ ਗਈ। ਉਸ ਤੋਂ ਬਾਅਦ ਉਹਨੇ ਚਾਰਜ ਲਵਾ ਦਿੱਤੇ, ਚਾਰਜ ਲਵਾ ਕੇ ਫਿਰ ਇਕੱਠੇ ਹੋ ਗਏ, ਫਿਰ ਸ਼ਾਪਿੰਗ ਚਲ ਗਏ, ਫਿਰ ਸ਼ੂਟਿੰਗ ਕਰ ਦਿੱਤੀ, ਕੁਛ ਦਾਗ ਪੈ ਕੇ ਕੱਪੜੇ 'ਤੇ, ਕਾਰ ਵਿੱਚ ਸ਼ੂਟਿੰਗ ਕੀਤੀ ਆ, ਫਿਰ ਸ਼ਾਪਿੰਗ ਕਰਨ ਲੱਗਾ, ਉੱਥੇ ਫਸ ਗਿਆ। ਓਲਡ ਨੇਵੀ ਜਾ ਕੇ ਸ਼ਰਟ ਖਰੀਦਦਾ ਆ, ਜਿਸ ਸ਼ਰਟ ਦੇ ਉੱਪਰ ਦਾਗ ਸੀ ਲਹੂ ਦੇ ਉਹ ਬੈਗ 'ਚ ਪਾ ਲਿਆ, ਨਵੀਂ ਸ਼ਰਟ ਪਾ ਲਈ ਆ, ਅਤੇ ਉਸ ਤੋਂ ਬਾਅਦ ਦੁਕਾਨਦਾਰਾਂ ਨੂੰ ਸ਼ੱਕ ਪੈ ਗਈ, ਉਹਨਾਂ ਨੇ ਪੁਲਿਸ ਨੂੰ ਕਾਲ ਕਰ ਦਿੱਤਾ, ਜਿਸ ਕਰਕੇ ਮੁੰਡਾ ਅਰੈਸਟ ਹੋ ਗਿਆ। ਸੋ ਸਟੋਰੀ ਬਣਦੀ ਆ ਆ, ਲੜਕੀ ਜਿਹੜੀ ਆ ਉਹ ਇਸ ਵੇਲੇ ਬਾਕਸ ਵਿੱਚ ਬੰਦ ਆ, ਜਿਸ ਦੀ ਹੁਣ ਮਾਂ ਬਾਪ ਉਡੀਕ ਕਰ ਰਿਹਾ। ਤਾਂ ਦੂਜੇ ਪਾਸੇ ਇਹ ਹੁਣ ਇਨਸਾਫ ਜਿਹੜਾ ਆ ਇਹ ਜੱਜ ਸਾਹਿਬ ਦੀ ਅਦਾਲਤ ਨੇ ਦੇਣਾ ਕਿ ਕਿਸ ਹੱਦ ਤੱਕ ਇਹ ਮਰਡਰ ਜਿਹੜਾ ਆ ਇਹ ਵਿਅਕਤੀ ਨੇ ਜਿਸ ਨੇ ਕੀਤਾ ਆ ਇਹ ਕਿੰਨਾ ਕੁ ਨੋਰਮਲ ਸੀ ਜਾਂ ਅਬਨੋਰਮਲ ਸੀ। ਸਿੱਧੂ ਸਾਹਿਬ, ਇਹ 'ਤੇ ਬਹੁਤ ਡਿਪੈਂਡ ਕਰਦਾ ਇਹ ਕੇਸ ਜਿਹੜਾ ਅਬਨੋਰਮਲ ਗਿਣਿਆ ਜਾਣਾ ਜਾਂ ਅਬਨੋਰਮਲ। ਇਹ ਕਹਿੰਦੇ ਕਿ ਡਿਪਰੈਸ਼ਨ ਦੀ ਦਵਾਈ ਖਾਂਦਾ ਸੀ, ਇਹ ਤੁਹਾਡਾ ਭਰਾ ਡਿਪਰੈਸ਼ਨ ਦੀ ਗੋਲੀਆਂ ਵੀ ਖਾ ਰਿਹਾ ਸੀ ਅੱਜ ਕੱਲ੍ਹ? ਹਾਂਜੀ ਬੜੀ ਉਹ ਮਤਲਬ ਹਾਰਟ ਇੱਕ ਉਹਨੂੰ ਹਾਰਟ ਦੀ ਪ੍ਰੋਬਲਮ ਸੀਗੀ, ਉਹਦੀ ਵੀ ਦਵਾਈ ਚੱਲ ਰਹੀ ਸੀ ਉਹਦੀ ਡਿਪਰੈਸ਼ਨ। ਸੌਰੀ ਮੈਂ ਬੋਲ ਰਹੀ ਹਾਂ, ਉਹਨੂੰ ਹਾਰਟ ਅਟੈਕ ਆਉਂਦਾ ਵਾ। ਅੱਛਾ, ਮੈਂ ਇੱਕ ਗੱਲ ਇਹ ਜ਼ਰੂਰ ਪੁੱਛਣਾ ਚਾਹੂੰਗਾ, ਇਹ ਮੈਂ ਜਗਪਾਲ ਜੀ ਨੂੰ, ਕਿ ਤੁਸੀਂ ਜਿਹੜੀ ਸਾਨੂੰ ਧਮਕੀ ਮਿਲੀ ਆ ਉਹਦਾ ਤੁਸੀਂ ਕੀ ਡੈਫੀਨੇਸ਼ਨ ਦਓਗੇ? ਜਿਹੜੀ ਇਹਦੀ ਭੈਣ ਨੇ ਹਰਜੋਤ ਕੌਰ ਸਰਾਂ ਨੇ ਸਾਨੂੰ ਧਮਕੀ ਦਿੱਤੀ ਆ, ਧਮਕੀ ਕਿਹਦੀ ਦਿੱਤੀ ਆ? ਵੇਖ ਤੇਰਾ ਪੁੱਤ ਜਾਨੋਂ ਮਾਰ ਦੇਣਾ, ਬਰਾਬਰ ਮਾਰਾਂਗੇ।
ਜਿੱਦਣ ਆਪਣੀ ਗੱਲ ਉਹ ਫੋਨ ਕੀਤਾ ਵਾ ਹਾਂਜੀ ਜਿਵੇਂ ਤੁਸੀਂ ਮੈਨੂੰ ਫੋਨ ਕੀਤਾ ਵੀਰੇ ਜੇ ਵੀਰੇ ਤੁਹਾਡਾ ਮੁੰਡਾ ਮਰਿਆ ਸੋਰੀ ਮੈਂ ਨਹੀਂ ਚਾਹੂੰਗਾ ਹਨਾ ਫਿਰ ਤੁਹਾਨੂੰ ਵੀ ਸਹੀ ਕਹਿੰਦੇ ਸਾਡਾ ਮੁੰਡਾ ਵੀ ਬਰਾਬਰ ਹੀ ਆ ਵੀਰੇ ਸਾਡਾ ਮੁੰਡਾ ਵੀ ਹੁਣ ਮਰਿਆ ਵਿੱਚ ਹੀ ਹਿਸਾਬ ਨਾਲ ਜਿਉਂਦਾ ਜਿਹੜਾ ਮਰਿਆ ਚਾ ਸਾਡਾ ਸਾਡੀ ਤਾਂ ਸਾਡੀ ਤਾਂ ਰੇਟ ਦੀ ਅੱਡੀ ਤੋੜਤੀ ਆਪਣੀ ਜਗਪਾਲ ਤੁਹਾਡੀ ਕਾਸਟ ਕੀ ਆ ਜੱਟ ਸਿੱਖ ਆ ਜੀ ਤੁਸੀਂ ਜੱਟ ਸਿੱਖ ਵਿਕਰਮ ਲਾਈਨ ਤੇ ਜਗਪਾਲ ਦੀ ਲਾਈਨ ਕੱਟੀ ਮੈਂ ਲਿਆਉਣ ਵਾਲਾ ਅਸੀਂ ਅੱਛਾ ਜੀ ਤੁਸੀਂ ਵਿਕਰਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੰਤ ਦੇ ਵਿੱਚ ਹੁਣ ਵਿਕਰਮ ਤੁਸੀਂ ਵਿਕਰਮ ਪਿੱਛੇ ਆਵਾਜ਼ ਬੰਦ ਕਰੋ ਪਰਿਵਾਰ ਦੀ ਪਲੀਜ਼ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ ਹਾਂ ਤੁਸੀਂ ਆਵਾਜ਼ ਬੰਦ ਕਰਕੇ ਇੱਕ ਸਾਈਡ ਤੇ ਆਵੋ ਤੁਸੀਂ ਹੁਣ ਜੋ ਕੁਛ ਵੀ ਪਾਉਣਾ ਸੀ ਮਤਲਬ ਬੀਤ ਚੁੱਕਾ ਆ ਜਿਹੜਾ ਕੰਮ ਹੁਣ ਹੋ ਚੁੱਕਾ ਆ ਹੋ ਗਿਆ ਹੈ ਬਟ ਇਜ਼ ਡਨ ਕੈਨਟ ਬੀ ਅਨਡਨ ਬਟ ਇਜ਼ ਡਨ ਕੈਨਟ ਬੀ ਅਨਡਨ ਸੋ ਯੂ ਗਾਟ ਮਾਈ ਪੁਆਇੰਟ ਹੁਣ ਆਪਾਂ ਬਹੁਤ ਵੱਡਾ ਸਭ ਜਿਹੜਾ ਆ ਇਸ ਸਟੋਰੀ ਨੇ ਲੋਕਾਂ ਨੂੰ ਸਿਖਾਉਣਾ ਅਤੇ ਲੋਕਾਂ ਨੂੰ ਸਿੱਖਣਾ ਚਾਹੀਦਾ ਆ ਪਿਆਰ ਦੇ ਵਿੱਚ ਕੁਛ ਨਹੀਂ ਰੱਖਿਆ ਇਹੋ ਜਿਹਾ ਪਿਆਰ ਮੁੰਡੇ ਕੁੜੀਆਂ ਦਾ ਅੱਜ ਕੱਲ੍ਹ ਦਾ ਇਹ ਮਤਲਬ ਸੇਲ ਲੱਗੀ ਹੋਈ ਹੈ ਵਿਕਦਾ ਆ ਔਰ ਇੱਕ ਬੰਦਾ ਇੰਨਾ ਇਮੋਸ਼ਨਲ ਹੋ ਜਾਂਦਾ ਆ ਦੂਜਾ ਬੰਦਾ ਜਿਹੜਾ ਆ ਉਹ ਉਹਨੂੰ ਮਹਿਸੂਸ ਕਰਦਾ ਆ ਜਿਹੜਾ ਕਿ ਇਸ ਸਟੋਰੀ ਦੇ ਵਿੱਚ ਖਾਸ ਨਜ਼ਰ ਆ ਰਿਹਾ ਸਾਹਮਣੇ ਆ ਅੱਖਾਂ ਮੀਚ ਕਿ ਇਹ ਤੁਸੀਂ ਸਭ ਕੁਛ ਜਿਹੜਾ ਆ ਇਹ ਵੇਖ ਰਹੇ ਹੋ ਔਰ ਇਹ ਘਰਦਿਆਂ ਨੂੰ ਇਹ ਪਤਾ ਕੁੜੀ ਦੇ ਪਰਿਵਾਰ ਨੂੰ ਪਤਾ ਸੀ ਕਿ ਸਾਡੀ ਲੜਕੀ ਮੁੰਡੇ ਨੂੰ ਚਾਹੁੰਦੀ ਸੀ ਕਿਸੇ ਹੋਰ ਮੁੰਡੇ ਦੇ ਪਿਆਰ ਦੇ ਵਿੱਚ ਆ ਇਹ ਟਰੂ ਆ ਵਿਕਰਮ ਹਾਂਜੀ ਸਰ ਇਹਨਾਂ ਨੂੰ ਸਾਰਾ ਕੁਝ ਪਤਾ ਸੀਗਾ ਇਹਦੀ ਭੈਣ ਨੂੰ ਸਾਰਾ ਕੁਝ ਪਤਾ ਸੀਗਾ ਇਹਦੀ ਭੈਣ ਨੇ ਇਹ ਵੀ ਧਮਕੀ ਦਿੱਤੀ ਆ ਮੁੰਡੇ ਨੂੰ ਸਰਨਜੀਤ ਸਿੰਘ ਨੂੰ ਤੈਨੂੰ ਅਮਰੀਕਾ ਤੋਂ ਰਿਪੋਰਟ ਕਰਾ ਦੇਣਾ ਸੀ ਕੀ ਕਰਨਾ ਸੀ ਰੀਜ਼ਨ ਕੀ ਕਿਉਂ ਕਿਹਾ ਉਹਨੇ ਕੁੱਟਿਆ ਮਾਰਿਆ ਸੀਗਾ ਨਹੀਂ ਜੇ ਬੰਦਾ ਇਹ ਇਹ ਕਹਿ ਰਿਹਾ ਵੀ ਉਹ ਕੁੜੀ ਬਹੁਤ ਡਿਪਰੈਸ਼ਨ ਚ ਸੀ ਉਹਨੂੰ ਕੁੱਟਦਾ ਮਾਰਦਾ ਸੀਗਾ ਤੁਸੀਂ 8 ਮਹੀਨੇ ਦੀਆਂ ਕੁੜੀ ਦੀਆਂ ਵੀਡੀਓ ਦੇਖ ਸਕਦੇ ਆ ਟਿਕਟ ਹੋ ਤੇ ਉਹ ਸਾਰੀਆਂ ਵੀਡੀਓ ਕਿਹੜੇ ਵੀਡੀਓ ਤੋਂ ਪਤਾ ਨੀ ਲੱਗਦਾ ਵੀ ਉਹ ਸਾਰੇ ਵੀਡੀਓ ਨੱਚ ਟੱਪ ਕੇ ਪਾਈਆਂ ਹੋਈਆਂ ਬਹੁਤ ਖੁਸ਼ ਵਾ ਕੁੜੀ ਉਹ ਟਿਕਟ ਹੋ ਆਪਣੇ ਅਕਾਊਂਟ ਤੇ ਦੂਜੇ ਪਾਸੇ ਆਪਾਂ ਜੇ ਚੈੱਕ ਕਰੀਏ ਵੀ ਸਿਮਰਨਜੀਤ ਸਿੰਘ ਦਾ ਟਿਕਟ ਅਕਾਊਂਟ ਉਹ ਸਾਰੀਆਂ ਵੀਡੀਓ ਉਹਨੇ ਸੈਰ ਗਾਣੇ ਲਾ ਕੇ ਉਹਨੂੰ ਆਨੰਦਪੁਰ ਸਰਾਂ ਨੂੰ ਟੈਗ ਕਰਕੇ ਫੇਰ ਵੀਡੀਓ ਪਾਈਆਂ ਹੋਈਆਂ ਵਾ ਤੁਸੀਂ ਉੱਥੋਂ ਹਿਸਾਬ ਲਾ ਸਕਦੇ ਹੋ ਵੀ ਬੰਦਾ ਡਿਪਰੈਸ਼ਨ ਚ ਕਿਹੜਾ ਸੀਗਾ ਪਰੇਸ਼ਾਨ ਕਿਹੜਾ ਸੀਗਾ ਵੀ ਉਹਨੂੰ ਕੁੱਟਦਾ ਮਾਰਦਾ ਹੋਊਗਾ ਵਿਕਰਮ ਇਹ ਤੁਹਾਡਾ ਭਰਾ ਵੱਡਾ ਸੀ ਤੁਸੀਂ ਛੋਟੇ ਸੀਗੇ ਨਾ ਲੜਕੀ ਦੇ ਪਰਿਵਾਰ ਫੋਨ ਚੁੱਕ ਰਿਹਾ ਔਰ ਅਸੀਂ ਇਸ ਸਟੋਰੀ ਨੂੰ ਹੋਲਡ ਕਰ ਰਹੇ ਹਾਂ ਪੌਜ਼ ਕਰ ਰਹੇ ਹਾਂ ਔਰ ਹੋ ਸਕਦਾ ਕਿ ਇਹ ਜਿਹੜੀ ਸਟੋਰੀ ਆ ਸਾਨੂੰ ਕੋਈ ਵੀ ਡਿਪਾਰਟਮੈਂਟ ਮੰਗੇ ਤਾਂ ਅਸੀਂ ਹੈਂਡ ਓਵਰ ਕਰਾਂਗੇ ਔਰ ਅਸੀਂ ਰਿਸਪੈਕਟ ਕਰਦੇ ਹਾਂ ਅਦਾਲਤ ਦੀ ਅਦਾਲਤ ਦੇ ਵਿੱਚ ਜਿਹੜਾ ਉਹ ਇਨਸਾਫ ਮਿਲਣਾ ਬਹੁਤ ਜ਼ਰੂਰੀ ਅਗਰ ਜੇ ਕਿਸੇ ਵੀ ਏਜੰਸੀ ਨੂੰ ਡਿਪਾਰਟਮੈਂਟ ਨੂੰ ਇਹ ਸਾਡੀ ਸਟੋਰੀ ਚਾਹੀਦੀ ਹੋਵੇ ਤਾਂ ਸਾਡੇ ਲੀਗਲ ਪੈਨਲ ਨਾਲ ਗੱਲਬਾਤ ਕਰ ਸਕਦਾ ਤਾਂ ਅਸੀਂ ਵਿਦ ਰਿਸਪੈਕਟ ਹੈਂਡ ਓਵਰ ਕਰ ਸਕਦੇ ਹਾਂ ਕਿਸੇ ਇੰਡੀਵਿਜੁਅਲ ਨੂੰ ਜੇ ਸਾਨੂੰ ਕੋਈ ਜੱਜ ਸਾਹਿਬ ਦੇ ਕੋਰਟ ਵੱਲੋਂ ਆਰਡਰ ਨੇ ਤਾਂ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ